ਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਅਪਡੇਟ ATT 5994 ਭਰਤੀ ਦੇ ਸੰਬੰਧ ਵਿੱਚ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਆਪ ਸਭ ਜਾਣਦੇ ਹੋ, 4 ਮਾਰਚ ਨੂੰ ਆਪਣੀ ਕੋਰਟ ਕੇਸ ਦੀ ਤਰੀਕ ਹੈ, ਜਿਸ ਦੇ ਸੰਬੰਧ ਵਿੱਚ ਇੱਕ ਜ਼ਰੂਰੀ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਕੀ ਅਪਡੇਟ ਹੈ ਆਓ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ 'ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ। ਤਾਂ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਦੀ ਜੋ ਨਵੀਂ ਅਪਡੇਟ ਆਈ ਹੈ ਉਸ ਦੇ ਉੱਪਰ, ਔਰ ਜਾਣਦੇ ਹਾਂ 4 ਤਰੀਕ ਦੇ ਸੰਬੰਧ ਵਿੱਚ ਯੂਨੀਅਨ ਅਤੇ ਸਿੱਖਿਆ ਮੰਤਰੀ ਕੀ ਵਿਚਾਰ ਕਰ ਰਹੇ ਆ। ਤਾਂ ਦੋਸਤੋ, ਇਹ ਸਭ ਤੋਂ ਪਹਿਲਾਂ ਫੋਟੋ ਦੇਖ ਸਕਦੇ ਹੋ ਜਿਸ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਪਣੇ ਯੂਨੀਅਨ ਪ੍ਰਧਾਨ ਬਲਹਾਰ ਬੱਲੀ ਜੀ ਅਤੇ ਹੋਰ ਸਾਥੀ ਪਹੁੰਚੇ ਹੋਏ ਆ, ਜਿਨ੍ਹਾਂ ਦੀ ਮੁਲਾਕਾਤ ਸਿੱਖਿਆ ਮੰਤਰੀ ਨਾਲ ਹੋਈ ਹੈ। ਔਰ ਇਸ ਮੁਲਾਕਾਤ ਦੇ ਵਿੱਚ ਆਪਣੀ ਭਰਤੀ 'ਤੇ ਜੋ 4 ਤਰੀਕ ਦੀ ਸੁਣਵਾਈ ਹੈ ਉਸ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਆ। ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ, ਸਾਰੇ ATT 5994 ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਸਾਥੀਓ, ਅੱਜ ਆਪਣੀ ਮੀਟਿੰਗ 4 ਮਾਰਚ ਨੂੰ ਹੋਣ ਵਾਲੇ ਕੋਰਟ ਤਰੀਕ ਦੇ ਸੰਬੰਧ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ, ਜਿਸ ਵਿੱਚ ਮੌਕੇ 'ਤੇ ਐਡਵੋਕੇਟ ਜਨਰਲ ਦਫ਼ਤਰ ਫੋਨ ਕਰਕੇ ਕੇਸ ਦੀ ਪੈਰਾਵਾਰੀ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਕਿਹਾ ਗਿਆ ਅਤੇ ਹਰ ਗੱਲ ਹਾਲਾਤ ਵਿੱਚ ਭਰਤੀ ਨੂੰ ਕੋਰਟ ਕੇਸ ਵਿੱਚੋਂ ਬਾਹਰ ਕੱਢਣ ਲਈ ਪੂਰੀ ਤਿਆਰੀ ਕਰਨ ਦੇ ਲਈ ਕਿਹਾ ਗਿਆ। ਭਰਤੀ ਕੋਰਟ ਵਿੱਚੋਂ ਬਾਹਰ ਨਿਕਲਦੇ ਅਤੇ ਜਲਦੀ ਲਿਸਟਾਂ ਜਾਰੀ ਕਰਕੇ ਸਕੂਲਾਂ ਵਿੱਚ ਜੁਆਇਨ ਕਰਨ ਦੀ ਗੱਲਬਾਤ ਰੱਖੀ ਗਈ, ਜਿਸ 'ਤੇ ਮੰਤਰੀ ਨੇ ਕਿਹਾ ਕਿ ਕੋਰਟ ਵਿੱਚੋਂ ਭਰਤੀ ਬਾਲ ਹੁੰਦੇ ਹੀ ਸਭ ਕੁਝ ਤਿਆਰ ਹੈ, ਗਿਣਵੇਂ ਦਿਨਾਂ ਵਿੱਚ ਹੀ ਸਕੂਲਾਂ ਵਿੱਚ ਜੁਆਇਨਿੰਗ ਕਰਵਾਈ ਜਾਵੇਗੀ। ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਸੰਬੰਧ ਹੌਸਲਾ ਬਣਾ ਕੇ ਰੱਖਿਓ ਅਤੇ ਸਟੇਟ ਕਮੇਟੀ ਦਾ ਹਰ ਹਾਲ ਵਿੱਚ ਸਾਥ ਦਿੰਦੇ ਰਹੋ। ਸਟੇਟ ਕਮੇਟੀ ਹਰ ਪੱਧਰ 'ਤੇ ਭਰਤੀ ਨੂੰ ਬਹਾਲ ਕਰਵਾਉਣ ਵਿੱਚ ਲੱਗੀ ਹੋਈ ਹੈ। ਸਾਰੇ ਕੈਡਰ ਨੂੰ ਬੇਨਤੀ ਹੈ, ਗਰੁੱਪ ਵਿੱਚ ਕਿਸੇ ਵੀ ਪ੍ਰਕਾਰ ਦੀ ਸੁਰਲੀ ਛੱਡ ਬਹਿਮਬਾਜ਼ੀ ਦਾ ਮੁੱਦਾ ਨਾ ਬਣਾਇਆ ਜਾਵੇ। ਸਾਰੇ ਸਾਥੀ ਅਰਦਾਸ ਕਰੋ 4 ਮਾਰਚ ਨੂੰ ਹੋਣ ਵਾਲੀ ਕੋਰਟ ਕੇਸ ਦੀ ਸੁਣਵਾਈ ਵਿੱਚ ਆਪਣੇ ਹੱਕ ਵਿੱਚ ਹੋਵੇ ਅਤੇ ਭਰਤੀ ਇਸ ਕੋਰਟ ਕੇਸ ਵਿੱਚੋਂ ਬਾਹਰ ਹੋਵੇ, ਤਾਂ ਕਿ ਜਲਦ ਹੀ ਆਪਣੇ ਸਾਰਿਆਂ ਦੇ ਸੁਪਨੇ ਸਾਕਾਰ ਹੋਣ। ਤਾਂ ਇਹ ਇੱਕ ਵੱਡੀ ਅਪਡੇਟ ਆਪਣੀ ਯੂਨੀਅਨ ਵੱਲੋਂ ਸ਼ੇਅਰ ਕੀਤੀ ਗਈ ਸੀ। ਇਸ ਤੋਂ ਇਲਾਵਾ ਹੋਰ ਨਵੀਆਂ ਅਤੇ ਤਾਜ਼ੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।